ਜਿਹਦੇ ਲੀਡਰ ਦੇ ਜੀ ਕਰਦਾ ਉਹਦੇ ਵਿਜੀਲੈਂਸ ਦੀ ਡੇਟ ਮਾਰਾ ਕੇ ਉਹਨੂੰ ਚੁੱਪ ਕਰਾ ਦਿਓ ਜੇ ਕੋਈ ਵਰਕਰ ਉੱਠਦਾ ਹੈ ਉਹਦੇ ਉੱਤੇ ਪਰਚਾ ਦਰਜ ਕਰਾ ਦਿਓ ਉਹਨੂੰ ਡਰਾ ਦਿਓ ਜੇ ਨਹੀਂ ਕਿਸੇ ਦਾ ਡਿੱਪੂ ਹੈ ਜੇ ਕਿਸੇ ਕੋਲ ਵਿਚਾਰੇ ਦਾ ਡਿੱਪੂ ਦਾ ਲਾਇਸੈਂਸ ਕੱਟ ਦਿਓ ਕਿਸੇ ਦੇ ਕੋਲ ਕੋਈ ਹੋਰ ਕੋਈ ਕੰਮ ਆ ਉਹਦਾ ਉਹ ਕੰਮ ਰੋਕ ਦਿਓ ਉਹ ਸਾਰੀਆਂ ਗੱਲਾਂ ਇੱਕ ਰੋਜ਼ ਸੀ ਸੈਂਕੜਿਆਂ ਦੀ ਗਿਣਤੀ 'ਚ ਲੋਕ ਕਾਰਪੋਰੇਸ਼ਨ ਦੇ ਦਫ਼ਤਰ ਗਏ ਤੇ ਦਫ਼ਤਰ ਤੁਸੀਂ ਆਪ ਚੈਨਲ ਤੇ ਦਿਖਾਇਓ ਤੁਹਾਡੇ ਬਣੀਆਂ ਹੋਈਆਂ ਉਹ ਤਾਂ ਭੜੂਏ ਪਹਿਲਾਂ ਹੀ ਤਾਲੇ ਲਾਈ ਬੈਠੇ ਅੰਦਰੋਂ ਅੰਦਰੋਂ ਤਾਲੇ ਲੱਗੇ ਸੀ ਤਾਂ ਤਾਲਾ ਲਾਉਣਾ ਹੀ ਕੀ ਆ ਉਹ ਅੰਦਰੋਂ ਬੜੇ ਤੋਂ ਬੜੇ ਉਹ ਤਾਲੇ ਲਾਈ ਬੈਠੇ ਆ ਉਦੋਂ ਬਾਅਦ ਜਦੋਂ ਚਲੇ ਗਏ ਅਸੀਂ ਕਿਹਾ ਵੀ ਨਾ ਵਰਕਰ ਰਾਮਨਾ ਪਿੱਛੇ ਰਹੁ ਲੀਡਰ ਮੂਰੇ ਜਾਣਗੇ ਉਹਨਾਂ ਤੇ ਪਰਚੇ ਹੋ ਅਸੀਂ ਤਾਂ ਕਿਉਂਕਿ ਸਾਰੇ ਹਜੇ মিডিਆ ਨਾਲ ਗੱਲ ਕਰ ਰਹੇ ਆ ਪਿੱਛੋਂ ਐ ਆਇਆ ਜਿਵੇਂ ਅਮਰੀਸ਼ਪੂਰੀ ਕਿਸੇ ਡਾਣ ਨਹੀਂ ਹੁੰਦਾ ਫਿਲਮ ਦਾ ਕੋਈ ਅਮਜ਼ਦ ਖਾਨ ਜਾਂ ਜਿਹੜੇ ਜਿਹੜੇ ਵਿਲਨ ਹੁੰਦੇ ਆ ਉਸ ਤਰੀਕੇ ਨਾਲ ਉਹ ਕਟਰ ਲੈ ਕੇ ਆ ਰਹੇ ਆ ਚੰਗਿਆਰੀਆਂ ਮਾਰਦਾ ਅੱਗ ਕੱਢਦਾ ਪਹਿਲਾਂ ਤਾਂ ਉਹਨੇ ਆਪਣੇ ਨਾਲ ਦੇ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਸੀ ਉਹੀ ਪਰੇ ਹਟੇ ਉੱਥੇ ਇੱਕ ਆਈਪੀਐਸ ਆਫੀਸਰ ਵੀ ਸੀ ਉਹ ਵੀ ਪਰੇ ਹੱਟੀ ਉਹਨਾਂ ਦੀ ਉਹਨਾਂ ਅੱਖਾਂ-ਅੱਖਾਂ 'ਚ ਪਾ ਦੇਣਾ ਸੀ ਜਦੋਂ ਅਸੀਂ ਮੁੜ ਕੇ ਦੇਖਿਆ ਤੇ ਉਹ ਕਟਰ ਲੈ ਕੇ ਆਉਂਦਾ ਅਸੀਂ ਵੀ ਪਿੱਛੇ ਹਟੇ ਉਹ ਚਿੰਗਾਰੇ ਆ ਜਿਹੜੇ ਸਾਡੇ ਉਹ ਸਾਰੇ ਹੱਥਾਂ 'ਤੇ ਪਏ ਸੰਜੇ ਤਰਵਾਰ ਦੇ ਮੇਰੇ ਵੀ ਚਿੰਗਾਰੇ ਪਏ ਤੇ ਉਹ ਚਲੋ ਅਸੀਂ ਹੱਥ ਧਰੇ ਹੋਏ ਜੇ ਹੱਥ ਨਾ ਚੱਕਦੇ ਉਹ ਉਹ ਜਿਹੜਾ ਸ਼ਟਰ ਸੀਗਾ ਨਾ ਹੱਥ ਚੱਕਦੇ ਤਾਂ ਉਹ ਕਟਰ ਨਾਲ ਹੁਣ ਮਸ਼ੀਨਾ ਨਾਲ ਉਹਨੇ ਹੱਥ ਹੀ ਵੱਢ ਦੇਣੇ ਸੀ ਉਹ ਤਾਂ ਇੱਕ ਸਿਆਣਾ ਕਨਸਟੇਬਲ ਸੀਗਾ ਕਨਸਟੇਬਲ ਨਹੀਂ ਹੌਲਦਾਰ ਸੀਗਾ ਸਿਆਣਾ जिने ਕਿਉਂ ਇਹ ਕਮਤੂਆ ਕੀ ਕਰਨ ਲੱਗਿਆ ਹੋਇਆ ਉਹਨੇ ਉਹਨੂੰ ਰੋਕਿਆ ਤੇ ਫਿਰ ਜਦੋਂ ਅਸੀਂ ਕਿਹਾ ਮੀਡੀਆ ਵਾਲਿਆਂ ਨੂੰ ਕਿਹਾ ਵੀ ਦਿਖਾਓ ਇਹਦੀ ਫੋਟੋ ਵੀ ਆਹ ਕੰਮ ਕਰ ਰਿਹਾ ਫਿਰ ਉਹ ਭੱਜਿਆ ਉੱਥੋਂ ਉਹਦੇ ਉੱਤੇ ਅਸੀਂ ਕੁਝ ਨਹੀਂ ਕਰਾਉਣਾ ਜਿਵੇਂ ਤੁਸੀਂ ਕਿਹਾ ਉਹ ਵੀ ਲੁਧਿਆਣੇ ਦਾ ਇੱਕ ਆਮ ਕੋਈ ਉਹ ਵਿਚਾਰਾ ਨੌਕਰੀ ਕਰਨ ਵਾਲਾ ਮੁਲਾਜ਼ਮ ਹੋਵੇਗਾ ਪਰ ਅਸੀਂ 5 ਤਰੀਕ ਨੂੰ ਉਹਦਾ ਕਮਿਸ਼ਨਰ ਸਾਹਿਬ ਤੇ 6 ਐਮਐਲਿਆਂ ਤੇ ਵੀ ਉਹਦੇ ਪਿੱਛੇ ਕੌਣ ਸੀ ਕਿਹਨੇ ਉਹਨੂੰ ਕਟਰ ਦੇ ਕੇ ਭੇਜਿਆ ਕਦੇ ਇਹੋ ਜੀ ਗੱਲ ਸੋਚੀ ਵੀ ਨਹੀਂ ਗਈ ਧਰਨਾ ਕਰਦੇ ਆ ਯਾਰ ਕੱਲੇ ਲਾ ਤਾਂ ਸੰਗਲ ਲਾਤਾ ਸਰਕਾਰ 2 ਮਿੰਟ ਚ ਤੋੜ ਕੇ ਆਪਣਾ ਇਹ ਤਾਂ ਐਜੀਟੇਸ਼ਨ ਦਾ ਇੱਕ ਤਰੀਕਾ ਹੈ ਆਪਾਂ ਹਰ ਜਗ੍ਹਾ ਕਿਸੇ ਸਾਡੇ 100 ਵਾਰੀ ਸਰਕਾਰ ਸੀ ਸਰ ਤੁਹਾਡੇ ਕਹਿਣਾ ਮਤਲਬ ਕਿ ਸਰਕਾਰੀ ਕੰਮ ਦੇ ਵਿੱਚ ਵਿਗਨ ਪਾਓ ਔਰ ਪਰਚਾ ਵੀ ਨਾ ਹੋਵੇ ਮੈਂ ਕਹਿੰਦਾ ਪਰਚਾ ਜਾਂ ਤਾਂ ਇਹਦਾ ਮਤਲਬ ਲੋਕਤੰਤਰ ਖਤਮ ਹੋ ਗਿਆ ਡੈਮੋਕ੍ਰੇਸੀ ਖਤਮ ਹੋ ਗਈ ਤੁਸੀਂ ਕਿਤੇ ਵੀ ਤਾਂ ਇਹੀ ਤਾਂ ਤੁਹਾਡਾ ਹਾਲ ਹੋ ਰਿਹਾ ਨਾ ਤੁਸੀਂ ਤਾਂ ਫਿਰ ਇਹੀ ਜਿਹੜੇ ਕਿਸਾਨ ਬੈਠੇ ਆ ਉਹਨਾਂ ਤੇ ਵੀ ਗੋਲੀਆਂ ਮਰਵਾ ਰਹੇ ਹੋ ਵੀ ਕਿਦਾਂ ਤੁਹਾਡੇ ਕੋਲ ਹੱਕ ਨਹੀਂਗਾ ਜੀ ਕੋਈ ਕੋਈ ਟੀਚਰ ਨੇ ਜਿਨ੍ਹਾਂ ਦਾ ਵਾਦਾ ਕੀਤਾ ਹੋਇਆ ਜਾਂ ਟੀਚਰ ਬੇਰੋਜ਼ਗਾਰ ਨੇ ਤਨਖਾਹਾਂ ਨਹੀਂ ਮਿਲ ਰਹੀਆਂ ਅੱਜ ਕਾਰਪੋਰੇਸ਼ਨ ਕਾਰਪੋਰੇਸ਼ਨ ਤਿੰਨ ਤਿੰਨ ਮਹੀਨੇ ਤਾਂ ਹੋ ਗਏ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੀ ਉਹਨਾਂ ਖਾਤਰ ਕੋਈ ਤਾਂ ਆਵਾਜ਼ ਉਠਾਊਗਾ ਤੇ ਅਸੀਂ ਇਲੈਕਟਿਡ ਲੋਕਾਂ ਅਸੀਂ ਕਿਹੜਾ ਕੋਈ ਕੋਈ ਕਿਤੇ ਐਵੇਂ ਹੀ ਉੱਠ ਕੇ ਆਗੇ ਸਰ ਪ੍ਰਦਰਸ਼ਨ ਕਰਨਾ ਮੈਂ ਤੁਹਾਡਾ ਹੱਕ ਹੈ ਪ੍ਰਦਰਸ਼ਨ ਕਰ ਸਕਦੇ ਹੋ ਰਾਈਟਸ ਆ ਤੁਹਾਡੇ ਕੋਲ ਪਰ ਕਿਸੇ ادارے ਨੂੰ ਜਾਂ ਕਿਸੇ ਵਿਭਾਗ ਨੂੰ ਤਾਲਾ ਲਗਾਣਾ ਕੀ ਇਹ ਹੱਕ ਹੈਗਾ ਤੁਹਾਡੇ ਕੋਲ ਚਲੋ ਉਹਨਾਂ ਨੇ ਪਰਚਾ ਜਿਹੜਾ ਕੀਤਾ ਏ ਉਹਨਾਂ ਨੇ ਐਫਆਈਆਰ ਦਰਜ ਕੀਤੀ ਹੈ ਵੀ ਇੱਕ ਮੁਲਾਜ਼ਮ ਦਾ ਨਾਮ ਲਿਖਿਆ ਹੈ ਐਫਆਈਆਰ ਚ ਤੁਸੀਂ ਉਹ ਵੀ ਦਿਖਾ ਦਿਓ ਵੀ ਮੁਲਾਜ਼ਮ ਨੂੰ ਇਹਨਾਂ ਨੇ ਉਹਦੇ ਨਾਲ ਧੱਕਾ ਮੂਕੀ ਕੀਤੀ ਉਹਦੀ ਵਰਦੀ ਪਾੜੀ ਹੁਣ ਉਹ ਕਾਰਪੋਰੇਸ਼ਨ ਦਾ ਮੁਲਾਜ਼ਮ ਆ ਸਾਰੇ ਕੈਮਰੇ ਚੱਲ ਰਹੇ ਸੀ ਤੁਹਾਡੇ ਜੇ ਕੋਈ ਵੀ ਕਾਰਪੋਰੇਸ਼ਨ ਦਾ ਮੁਲਾਜ਼ਮ ਹੋਵੇ ਜੇ ਉਹ ਜਿਹੜਾ ਬੰਦੇ ਨੇ ਐਫਆਈਆਰ ਦਰਜ ਕੀਤੀ ਆ ਇੱਕ ਵੀ ਕਿਤੇ ਮੈਨੂੰ ਦਿਖਾ ਦਿਓ ਲਾਈਵ ਤੁਹਾਡੇ ਚੈਨਲ ਚੱਲਦੇ ਰਹੇ ਆ ਕੈਮਰਾਮੈਨ ਫੋਟੋ ਖਿੱਚਦੇ ਰਹੇ ਆ ਤੁਸੀਂ ਉਹ ਬੰਦੇ ਨੂੰ ਜਿਹੜਾ ਇਹ ਉਹਦੀ ਪਿਕਚਰ ਲੈ ਆਓ ਉਹਦੀ ਫੋਟੋ ਲੈ ਆਓ ਵੀ ਉਸ ਵੇਲੇ ਕਿਤੇ ਵੀ ਉਹ ਜੇ ਮੌਜੂਦ ਸੀ ਜਦੋਂ ਕਿਸੇ ਨੇ ਇਹਨਾਂ ਨੇ ਕਿਹਾ ਵੀ ਭਾਈ ਕੋਈ ਨਾ ਕੋਈ ਬੰਦਾ ਜਿਹੜਾ ਹੈ ਉਹ ਸਾਨੂੰ ਦੋ ਕਾਰਪੋਰੇਸ਼ਨ ਵਾਲਿਆਂ ਨੂੰ ਇਹ ਹੁਕਮ ਹੋਇਆ ਐ ਐਮਐਲਏਆਂ ਦੇ ਆ ਜਦੋਂ ਕੋਈ ਨਾਂ ਲੱਭਿਆ ਫਿਰ ਇਹ ਅਫਸਰ ਆਫੀਸਰਾਂ ਨੂੰ ਕਿਹਾ ਕੋਈ ਆਫੀਸਰ ਅੱਗੇ ਨਹੀਂ ਆਇਆ ਫਿਰ ਇਹਨਾਂ ਨੇ ਖਾਸ ਤੌਰ ਤੇ ਇੱਕ ਇਹ ਜਿਹੜਾ ਇਹ ਉਹ ਲੱਭਿਆ ਬਹੁਤ ਮਿਹਨਤ ਨਾ ਮੈਂ ਉਹਦਾ ਨਾਂ ਨਹੀਂ ਹੁਣ ਵੀ ਕਿਹਨੇ ਲੱਭਿਆ ਕਿਹਨੇ ਨਹੀਂ ਉਹਦੀ ਉਹਨਾਂ ਦੀ ਗੱਲਾਂ ਵੀ ਬਾਅਦ ਚ ਕਰਾਂਗੇ ਕਿਉਂਕਿ ਇਹ ਸਾਰੀਆਂ ਗੱਲਾਂ ਨਿਵੇੜੀਆਂ ਜਾਂਦੀਆਂ ਹੁੰਦੀਆਂ ਆ ਮੈਂ ਤੁਹਾਨੂੰ ਉਹਦਾ ਨਾਂ ਪੜਾਉਣਾ ਜਿਹੜਾ ਉਹਦਾ ਨਾਂ ਦਿੱਤਾ ਇਹਨਾਂ ਨੇ ਉਹਦਾ ਸਾਡੇ ਤਾਂ ਕੋਈ ਦੂਰ ਨੇੜੇ ਉਹ ਉੱਥੇ ਹੈ ਹੀ ਨਹੀਂ ਸੀ ਕਿਤੇ ਕਿਉਂ ਕਿਉਂ ਉਹਦਾ ਕਿਸ ਲਈ ਉਹਦਾ ਨਾਂ ਦਿੱਤਾ